ਵੱਡੀਆਂ ਉਮਰਾਂ ਵੀ ਹੋ ਗਈਆਂ ਤਾਂ ਵੀ ਪੜ੍ਹਾਈਆਂ ਕੀਤੀਆਂ ਜਾ ਸਕਦੀਆਂ। ਆਪਾਂ ਪੜ੍ਹਦੇ ਨਾ ਗੁਰਮੁਖ ਬੁੱਢੇ ਕਦੇ ਨਹੀਂ ਜਿਨ੍ਹਾਂ ਅੰਤਰ ਸੁਰਤ ਵਿਚਾਰ। ਇਹ ਇਹ ਸ਼ਬਦ ਜਰਾ ਇੱਕ ਮਿੰਟ ਲਈ ਸੁਣ ਲੈਂਦੇ, ਵੇਖੋ ਕਹਿੰਦੇ ਜਿਹੜੇ ਬੰਦੇ ਸਮਝਦੇ ਰਹਿੰਦੇ ਆ ਸਾਰੀ ਜ਼ਿੰਦਗੀ ਬਦਲਦੇ ਰਹਿੰਦੇ ਆ ਸਾਹਿਬ ਮੇਰਾ ਨੀਤ ਨਵਾਂ, ਜਿਹੜੇ ਨਿੱਤ ਨਵੇਂ ਨੇ ਉਹ ਬੁੱਢੇ ਥੋੜਾ ਹੋਏ, ਜਿਨ੍ਹਾਂ ਦੇ ਵਿਚਾਰ ਨਵੇਂ ਨੇ ਦਾੜੀ ਚਿੱਟੀ ਹੈ ਪਰ ਨਵੇਂ ਜ਼ਮਾਨੇ ਦੇ ਨਾਲ ਨਵੇਂ ਢਾਂਚੇ ਦੇ ਨਾਲ ਆਪਣੇ ਆਪ ਨੂੰ ਅਪਡੇਟ ਕਰੀ ਜਾਂਦੇ, ਅਪਡੇਟ ਅਪਡੇਟ ਕਰਦੇ ਰਹਿੰਦੇ ਕਰਦੇ ਰਹਿੰਦੇ, ਉਹ ਥੋੜਾ ਪੁਰਾਣੇ ਆ। ਜਿਹੜੇ ਸਮਝਦੇ ਹੀ ਰਹਿੰਦੇ ਆ ਵਿਚਾਰਦੇ ਹੀ ਰਹਿੰਦੇ, ਜਿਹੜੇ ਸਟੱਕ ਨਹੀਂ ਹੋ ਗਏ ਇੱਕ ਜਗ੍ਹਾ, ਖੜ ਨਹੀਂ ਗਏ ਇੱਕ ਜਗ੍ਹਾ, ਰੁਕ ਨਹੀਂ ਗਏ, ਉਹ ਤੇ ਸਦਾ ਹੀ ਜਵਾਨ ਰਹਿੰਦੇ ਆ। ਵੱਡਾ ਬੰਦਾ ਕਦੋਂ ਹੁੰਦਾ? ਜਦੋਂ ਸਿੱਖਣਾ ਛੱਡਦਾ ਬਸ। ਹੁਣ ਅਸੀਂ ਕਹਿੰਦੇ ਸਟੂਡੈਂਟ ਹੈ ਬੰਦਾ, ਜਵਾਨ ਹੈ, ਜਵਾਨ ਜਵਾਨ ਤੇ ਸਿੱਖਦਾ, ਬੁੱਢਾ ਹੋ ਗਿਆ ਫਿਰ ਥੋੜਾ ਸਿੱਖਦਾ, ਫਿਰ ਅੱਗੇ ਥੋੜਾ ਸਿੱਖ ਸਕਦਾ। ਸਾਡੇ ਵਿੱਚ ਤੇ 40 ਸਾਲ ਤੋਂ ਬਾਅਦ ਜਿਉਣ ਦਾ ਹੀ ਸੰਕਲਪ ਨਹੀਂ। 40 ਸਾਲ ਤੱਕ ਤੁਸੀਂ ਕੁਝ ਕਰੋ ਲੋਕੀ ਕਹਿਣਗੇ ਠੀਕ ਹੈ, 40 ਤੋਂ ਬਾਅਦ ਤੁਸੀਂ ਵੇਖੋ ਗੋਰੇ ਜਿਹੜੇ ਆ ਉਹ ਕਹਿੰਦੇ 40 ਸਾਲ ਤੋਂ ਬਾਅਦ ਹੀ ਅਸਲ ਜ਼ਿੰਦਗੀ ਹੁੰਦੀ, ਉਹ 40 ਸਾਲ ਤੋਂ ਬਾਅਦ 60 ਸਾਲ ਤੋਂ ਬਾਅਦ ਕਹਿੰਦੇ ਹੁਣ ਗੱਲ ਬਣੀ ਹੈ, ਕੰਮ ਕਰ ਲਿਆ 60 ਸਾਲ ਤੱਕ, ਹੁਣ ਕਹਿੰਦੇ ਆ 20 ਸਾਲ ਦੀ ਵੀ ਪਲੈਨਿੰਗ ਹੈ। ਸਾਡੇ ਤੁਸੀਂ 40 ਸਾਲ ਟੱਪ ਲੈਣ ਦਿਓ, 40 ਸਾਲ ਤੋਂ ਬਾਅਦ ਇੱਥੇ ਕੋਈ ਭੈਣ ਮੇਰੀ ਕੱਪੜਾ ਪਾ ਲਵੇ ਕਹਿਣਗੇ ਲੈ ਕੀ ਕਹਿੰਦੇ ਉਹਦੇ ਭਲਾ ਬੁੱਢੀ ਘੋੜੀ ਉਹਦੇ ਲੱਗ ਜਾਂਦੇ ਨੇ। ਆ ਸਾਡੇ 'ਚ ਕੋਈ ਬਾਪੂ ਦਾੜੀ ਚਿੱਟੀ ਵਾਲਾ ਮਾੜੀ ਜੀ ਪੱਗ ਗੂੜੀ ਬੰਨ ਲੈ ਲੈ ਇਹ ਮੁੰਡਾ ਬਣ ਬਣ ਬਹਿੰਦਾ, ਸਾਡੇ 'ਚ ਤੇ ਸਿਸਟਮ ਹੀ ਨਹੀਂ, ਸਾਡੇ ਤੇ ਇੰਨਾ ਹੀ ਆ ਵੀ 40 ਕੁ ਸਾਲ ਤੱਕ ਬਸ ਉਦੋਂ ਬਾਅਦ ਪੈ ਗਿਆ ਭੋਗ ਖਤਮ ਹੈ ਕੰਮ, ਇਦੂ ਗਾਂ ਤੇ ਗੱਲ ਹੀ ਕੋਈ ਨਹੀਂ। ਪਰ ਜੇ ਤੁਸੀਂ ਪਲੈਨਿੰਗ ਕਰ ਰਹੇ ਹੋ, ਸਿੱਖ ਰਹੇ ਹੋ, ਨਿੱਤ ਨਵੇਂ ਹੋ, ਤੁਹਾਡੇ 'ਚ ਉਤਸ਼ਾਹ ਨਹੀਂ ਮਰਦਾ, ਫਿਰ ਉਹ ਅੰਦਰਲਾ ਜਵਾਨ ਕਿੱਥੇ ਮਰਿਆ? ਜਿਹੜਾ ਜਵਾਨੀ 'ਚ ਉਤਸ਼ਾਹ ਸੀ, ਸਿੱਖਣ ਦੀ ਕਲਾ ਸੀ, ਬਦਲਣ ਦੀ ਕਲਾ ਸੀ, ਤੇਰੇ 'ਚ ਅੱਜ ਵੀ ਉਹਨੀ ਹੈ, ਉਹ ਜਵਾਨ ਤੇ ਤੇਰੇ ਵਿੱਚ ਹੈ, ਸਰੀਰ ਹੀ ਬੁੱਢਾ ਹੋਇਆ, ਦਾੜੀ ਵੀ ਚਿੱਟੀ ਹੋਈ ਹੈ, ਜਵਾਨ ਤੇ ਅਜੇ ਵੀ ਤੇਰੇ ਵਿੱਚ ਹੈ ਜਿਹੜਾ ਸਿੱਖਦਾ, ਉਹ ਬੱਚਾ ਤੇ ਅਜੇ ਵੀ ਤੇਰੇ 'ਚ ਬੈਠਾ ਜਿਹੜਾ ਲਰਨ ਕਰਦਾ ਨਵਾਂ। ਆ ਮੈਂ ਜਦੋਂ ਕਈ ਗੱਲਾਂ ਕਰਦਾ, ਕਈ ਬਜ਼ੁਰਗਾਂ ਨੂੰ ਮੇਰੀਆਂ ਗੱਲਾਂ ਪਸੰਦ ਨਹੀਂ ਆਉਂਦੀਆਂ, ਕਹਿੰਦੇ ਲਓ ਜੀ ਹੁਣ ਇੰਨੇ ਸਾਲਾਂ ਤੋਂ ਤੇ ਕਰਦੇ ਆਏ, ਹੁਣ ਸਾਰੀ ਜ਼ਿੰਦਗੀ ਐਂ ਕਰਿਆ ਲੈ ਹੁਣ ਐਂ ਮੰਨੀਏ। ਕਈ ਬੰਦਿਆਂ ਨੂੰ ਮੇਰੀਆਂ ਗੱਲਾਂ ਸਮਝ ਜ਼ਰੂਰ ਆਉਂਦੀਆਂ, ਪਰ ਉਦੋਂ ਕੌਣ ਰੋਕਦਾ ਵਿਚਾਲੇ ਆ ਕੇ? ਅੰਦਰ ਫਿਰ ਇਹ ਆਉਂਦਾ ਵੀ ਸਾਰੀ ਜ਼ਿੰਦਗੀ ਤੇ ਐਂ ਕਰਿਆ, ਅਸੀਂ ਨਹੀਂ ਬਦਲ ਸਕਦੇ। ਤੇ ਨਵੇਂ ਜਿਹੜੇ ਆ ਨਵੇਂ ਬੱਚੇ ਉਹ ਬੜੀ ਛੇਤੀ ਅਪਡੇਟ ਹੋ ਰਹੇ ਆ, ਉਹ ਕਹਿੰਦੇ ਗੱਲ ਸਮਝ ਆਉਂਦੀ ਸਾਡੇ। ਪਰ ਜੇ ਕੋਈ ਬਜ਼ੁਰਗ ਤੇ ਨਵੇਂ ਬੱਚਿਆਂ ਵਾਂਗੂ ਕਰਨ ਲੱਗ ਜਾਏ, ਉੱਥੇ ਮੈਂ ਕੈਨੇਡਾ ਗਿਆ ਅੱਜ ਕੀ 80 ਸਾਲ ਦਾ ਬਾਪੂ ਮਿਲਿਆ ਮੈਨੂੰ, 81 ਸਾਲ ਕੈਨੇਡਾ 'ਚ ਰਹਿੰਦੇ ਟੋਰਾਂਟੋ 'ਚ, ਤੇ ਮੇਰੇ ਨਾਲ ਗੱਲ ਉਹਨਾਂ ਦੀ ਹੋਵੇ, ਏਅਰਪੋਰਟ ਤੇ ਕੰਮ ਕਰਦੇ, ਮੈਂ ਕੱਲ ਵੀ 15 ਮਿੰਟ ਪਰਸੋਂ ਗੱਲ ਕੀਤੀ ਫੋਨ ਤੇ, ਤੇ ਮੈਂ ਪੁੱਛਿਆ ਬਾਪੂ ਜੀ ਕਿੰਨੀ ਉਮਰ ਹੋ ਗਈ? 80 ਸਾਲ। ਬਜ਼ੁਰਗ ਨਹੀਂ ਕਹਿਣ ਦਿੰਦੇ ਆਪਣੇ ਆਪ ਨੂੰ ਮੈਂ ਬਜ਼ੁਰਗ ਨਹੀਂ, ਤੇ ਸਾਰੀ ਜ਼ਿੰਦਗੀ ਉਹੀ ਕੁਝ ਮੰਨਿਆ ਜੋ ਅੱਜ ਮੰਨਦੇ ਆ। ਤੇ ਮੇਰੇ ਨਾਲ ਗੱਲਬਾਤ ਪਹਿਲਾਂ ਮੇਰੀ ਗੱਲ ਨਹੀਂ ਸੀ ਮੰਨਦੇ, ਕਹਿੰਦੇ ਲੈ ਨਵੀਆਂ ਗੱਲਾਂ ਕਰਦੇ ਆ, ਸੁਣ ਕੇ ਆ ਹੁਣ ਸਮਝ ਆਈ ਹੈ। ਕਈ ਬੰਦੇ ਮੈਂ ਇਹੋ ਜਿਹੇ ਵੀ ਵੇਖੇ ਆ ਜੀ ਸੰਗਤ 'ਚ, ਮੈਂ ਜੀ 2 ਸਾਲ ਤੋਂ ਹਟ ਗਿਆ ਸੀ ਸੁਣਨੋਂ, ਮੈਂ ਛੱਡਤਾ ਸੀ, ਹੁਣ ਕੀ ਹੋ ਗਿਆ? ਕਹਿੰਦੇ ਹੁਣ ਮੇਰੇ ਸਮਝ ਆ ਗਈ, ਹੁਣ ਮੈਂ ਫੇਰ ਵਾਪਸ ਆਇਆ। ਕਈ ਇਦਾਂ ਦੇ ਵੀ ਮੈਨੂੰ ਮਿਲਦੇ ਆ, ਪਹਿਲਾਂ ਸੁਣਦੇ ਹੁੰਦੇ ਸੀ ਫਿਰ ਛੱਡ ਗਏ, ਹੁਣ ਫੇਰ ਵਾਪਸ ਆ ਗਏ, ਕਹਿੰਦੇ ਨਹੀਂ ਨਹੀਂ ਸਾਨੂੰ ਠਹਿਰ ਕੇ ਸਮਝ ਆਈ ਹੈ, ਲੇਟ ਸਮਝ ਆਈ ਹੈ, ਵੀ ਗਲਤ ਨਹੀਂ ਗੱਲ ਠੀਕ ਹੈ, ਗੱਲ ਠੀਕ ਹੈ ਗਲਤ ਨਹੀਂ ਹੈ। ਤੇ 80 ਸਾਲ ਦੀ ਉਮਰ ਹੈ, ਮੈਂ ਪੁੱਛਦਾ ਹੁੰਦਾ ਬਾਪੂ ਜੀ ਕੰਮ ਕਿੰਨਾ ਚਿਰ ਕਰੋਗੇ? ਕਹਿੰਦੇ 90 ਤੱਕ ਤੇ ਮੈਂ ਕੰਮ ਕਰੂ ਹੀ ਕਰੂੰਗਾ। ਐਦਾਂ ਉਤਸ਼ਾਹ ਹੈ ਵੀ 90-95 ਸਾਲ, 10-15 ਸਾਲ ਤੇ ਪਰਵਾਹ ਨਹੀਂ ਕਿਸੇ ਦੀ, ਘਰ ਵਾਲੀ ਚੜ੍ਹਾਈ ਕਰ ਕੇ ਇਕੱਲੇ ਰਹਿਣਾ ਇਕੱਲੇ। ਤੇ ਵੇਖਿਓ ਸਾਡੇ ਇੱਥੇ ਮਰੇ ਪਏ ਆ, 2-2, 4-4 ਘਰ ਦੇ ਜੀ ਹੈ, ਫਿਰ ਵੀ ਉਤਸ਼ਾਹ ਮਰਿਆ ਪਿਆ ਇਕੱਲੇ। ਤੇ ਮੈਂ ਕਿਹਾ ਬਾਪੂ ਜੀ ਕਿਸੇ ਪਰਿਵਾਰ ਨੂੰ ਕਹਿ ਦਿੰਦੇ ਰੋਟੀ ਪਾਣੀ ਤੁਸੀਂ ਖਾ ਲਿਆ ਕਰੋ, ਡਿਊਟੀ ਲਾ ਦਿੰਦੇ ਆ ਤੁਹਾਨੂੰ ਰੋਟੀ ਪਾਣੀ ਖਵਾ ਜਿਆ ਕਰਨਗੇ। ਕਹਿੰਦੇ ਨਾ ਨਾ ਨਾ। ਮੈਂ ਕਿਹਾ ਕਰਦੇ ਕੀ ਹੋ ਫਿਰ? ਕਹਿੰਦੇ ਬਸ ਜੂਸ ਤੇ ਫਰੂਟ ਕੱਟ ਲੈਂਦਾ ਖਾ ਲਈਦਾ, ਫਰੋਜਨ ਸਬਜ਼ੀਆਂ ਸੁਬਜ਼ੀਆਂ ਮਿਲ ਜਾਂਦੀਆਂ ਗਰਮ ਗੁਰਮ ਕਰਕੇ, ਉਹ ਜਿਹੜਾ ਬੋਇਲ ਕੀਤੀਆਂ ਹੋਈਆਂ ਉਬਾਲ ਉਬੂਲ ਕੇ ਸਬਜ਼ੀਆਂ, ਰੋਟੀ ਨਹੀਂ ਖਾਈਦੀ। ਇਹ ਤੇ ਨਹੀਂ ਨਾ ਵੀ ਰੋਟੀ ਬਾਪੂ ਖਾਂਦਾ ਨਹੀਂ ਹੋਣਾ, ਘਰ ਵਾਲੀ ਚੜ੍ਹਾਈ ਕਰਕੇ ਇਕੱਲੇ ਨੂੰ ਰਹਿਣਾ ਵੀ ਆਉਂਦਾ ਹੈ, ਜਾ ਚਾਵੇ ਸਾਰਿਆਂ 'ਚ ਰਹਿਣਾ ਵੀ ਆਉਂਦਾ ਹੈ, ਇਕੱਲੇ ਨੂੰ ਰਹਿਣਾ ਵੀ ਆਉਂਦਾ ਹੈ, ਮਹਿਲਾਂ 'ਚ ਰਹਿਣਾ ਵੀ ਆਉਂਦਾ ਹੈ, ਕੰਡਿਆਂ 'ਤੇ ਰਹਿਣਾ ਵੀ ਆਉਂਦਾ ਹੈ, ਖੁਸ਼ੀਆਂ 'ਚ ਰਹਿਣਾ ਵੀ ਆਉਂਦਾ ਹੈ, ਗਮੀਆਂ 'ਚ ਰਹਿਣਾ ਵੀ ਆਉਂਦਾ ਹੈ,
ਭੰਗੜਿਆਂ ਵੇਲੇ ਵੀ ਖੁਸ਼ ਆ ਤੇ ਜਿੱਦੇ ਅਰਥੀ ਪਈ ਆ ਉੱਤੇ ਵੀ ਖੁਸ਼ ਆ ਇਹ ਰਹਿਣਾ ਆਉਂਦਾ ਹੋਵੇ ਜਾਜ ਹੋਵੇ ਸਾਨੂੰ ਮਹਿਲਾਂ 'ਚ ਰਹਿਣਾ ਆਉਂਦਾ ਕੰਨਿਆਂ 'ਤੇ ਨਹੀਂ ਰਹਿਣਾ ਆਉਂਦਾ ਅਸੀਂ ਅਮੀਰੀ 'ਚ ਰਹਿ ਸਕਦੇ ਹਾਂ ਗਰੀਬੀ 'ਚ ਨਹੀਂ ਰਹਿ ਸਕਦੇ ਸਾਡਾ ਮਾਈਂਡ ਐਡਜਸਟਮੈਂਟ ਨਹੀਂ ਕਰਦਾ ਮੈਂ ਸਾਥੀ ਨਾਲ ਆ ਤੇ ਮੈਂ ਰਹਿ ਸਕਦਾ ਜੇ ਮੇਰਾ ਸਾਥੀ ਨਾ ਰਿਹਾ ਤੇ ਮੈਂ ਮਰ ਜਾਣਾ ਘਰ ਵਾਲੀ ਮਰ ਗਈ ਘਰ ਵਾਲਾ ਮਰ ਗਿਆ ਹੁਣ ਨਹੀਂ ਅਸੀਂ ਰਹਿ ਸਕਦੇ ਪਰ ਜਿਨ੍ਹਾਂ ਨੂੰ ਸਮਝ ਹੁੰਦੀ ਹੈ ਐਡਜਸਟਮੈਂਟ ਕਰ ਲੈਂਦੇ ਨੇ ਹਾਲਾਤਾਂ ਨੂੰ ਸਮਝ ਸਕੇ ਜਿਹੜਾ ਉਹ ਸਮਝਦਾਰ ਹੁੰਦਾ ਅਸਲ ਸਮਝਦਾਰ ਉਹ ਹੁੰਦਾ ਜਿਹੜਾ ਹਾਲਾਤਾਂ ਨੂੰ ਸਮਝ ਸਕਦਾ ਕਿਹੋ ਜਿਹੀ ਵੀ ਸਿਚੁਏਸ਼ਨ ਹੋਵੇ ਉਹਦੇ ਵਿੱਚ ਆਪਣੇ ਆਪ ਨੂੰ ਐਡਜਸਟ ਕਰ ਸਕੇ ਬੈਲੈਂਸ ਕਰ ਸਕੇ ਤੇ ਘਰ ਵਾਲੀ ਚੜ੍ਹਾਈ ਕਰ ਗਈ ਹੈ 90 ਸਾਲ ਕਹਿੰਦੇ 90 95 ਸਾਲ ਤੱਕ ਤੇ ਮੈਂ ਕੰਮ ਕਰਨਾ ਹੈ ਜੀ ਉਤਸ਼ਾਹ ਨਹੀਂ ਮਰਿਆ ਅਪਡੇਟ ਤੇ ਮੈਂ ਹੈਰਾਨ ਇਹ ਹੁੰਦਾ ਨੌਜਵਾਨਾਂ ਨਾਲੋਂ ਵੱਧ ਉਹਨਾਂ ਦੇ ਗੱਲ ਸਮਝ ਵਿੱਚ ਪੈਂਦੀ ਹੈ ਨੌਜਵਾਨਾਂ ਤੋਂ ਵੱਧ ਕੇ ਗੱਲ ਪਕੜਦੇ ਵੀ ਹੈ ਸਮਝਦੇ ਵੀ ਹੈ ਤੇ ਉਹਨੂੰ ਲਾਗੂ ਕਰਦੇ ਹੈ ਉਹ ਬੁੱਢਾ ਕਿਵੇਂ ਹੋ ਗਿਆ ਜਿਹੜਾ ਰੋਜ਼ ਸਿੱਖ ਰਿਹਾ ਹੈ ਬੱਚਾ ਰੋਜ਼ ਸਿੱਖ ਰਿਹਾ ਹੈ ਤੇ ਜਿਹਦੇ ਵਿੱਚ ਅਜੇ ਵੀ ਸਿੱਖਣ ਦੀ ਕਲਾ ਹੈ ਉਹ ਬੁੱਢਾ ਕਿਵੇਂ ਹੋ ਗਿਆ ਆ ਸ਼ਬਦ ਸੁਣ ਕੇ ਵੇਖਿਓ ਗੁਰੂ ਜੀ ਕੀ ਕਹਿੰਦੇ ਬੁੱਢਿਆਂ ਨੂੰ ਕਹਿੰਦੇ ਬੁੱਢੇ ਨਹੀਂ ਹੁੰਦੇ ਜਿਹੜੇ ਸਿੱਖਦੇ ਰਹਿੰਦੇ ਪੜੋ ਪੜੋ ਗੁਰਮੁਖ ਬੁੱਢੇ ਕਦੇ ਨਾਹੀ ਜਿਨ੍ਹਾਂ ਅੰਤਰ ਸੁਰਤ ਗਿਆਨ ਸੁਰਤ ਗਿਆਨ ਜਿਨ੍ਹਾਂ ਦੀ ਸੁਰਤ ਵਿੱਚ ਗਿਆਨ ਨਿਤ ਆ ਰਿਹਾ ਜਿਨ੍ਹਾਂ ਦੇ ਦਿਮਾਗ 'ਚ ਨਵੇਂ ਤੋਂ ਨਵਾਂ ਗਿਆਨ ਅਜੇ ਵੀ ਆ ਰਿਹਾ ਇਹ ਬੁੱਢਾ ਕਿਵੇਂ ਹੋ ਗਿਆ ਇਹ ਤੇ ਅਜੇ ਵੀ ਸਿੱਖਦਾ ਨਵੇਂ ਤੋਂ ਨਵਾਂ ਗਿਆਨ ਅਜੇ ਵੀ ਲੈ ਰਿਹਾ ਇਹ ਬੁੱਢਾ ਕਿਵੇਂ ਹੋ ਗਿਆ ਤਾਂ ਹੀ ਤਾਂ ਤੁਹਾਨੂੰ ਕਹਿੰਦਾ ਜਿਹੜੇ ਪੜ੍ਹੇ ਲਿਖੇ ਹੋ ਜੇ ਬੀਏ ਕਰੀ ਸੀ ਅੱਗੇ ਦਾਖਲਾ ਲੈ ਜੇ ਪਲੱਸ ਟੂ ਕਰੀ ਆ ਉਦੋਂ ਅੱਗੇ ਚੱਲ ਬੁੱਢੇ ਨਾ ਹੋਵੋ ਸਿੱਖਦੇ ਰਹੋ ਨਵੇਂ ਤੋਂ ਨਵਾਂ ਸਿੱਖਦੇ ਰਹੋ ਹਟਿਓ ਨਾ ਸਿੱਖਣੋ ਅੱਗੇ ਸਦਾ ਸਦਾ ਹਰ ਗੁਣ ਰਵੇ ਅੰਤਰ ਸਹਿਜ ਧਿਆਨ ਕਹਿੰਦੇ ਨਿਤ ਨਵੇਂ ਤੋਂ ਨਵੇਂ ਗੁਣ ਨੇ ਜਿਹੜੇ ਉਹਨਾਂ ਦੀ ਜ਼ਿੰਦਗੀ 'ਚ ਆ ਰਹੇ ਨੇ ਨਵੇਂ ਤੋਂ ਨਵੀਂ ਕੁਆਲਿਟੀ ਉਹਨਾਂ ਦੇ ਵਿੱਚ ਪ੍ਰਗਟ ਹੋ ਰਹੀ ਹੈ ਕਹਿੰਦੇ ਬੁੱਢੇ ਕਿੱਥੇ ਹੋ ਗਏ ਇਹ ਤੇ ਗਿਆਨ ਲੈ ਰਹੇ ਆ ਤੇ ਗੁਣੀ ਬੰਦੇ ਆ ਤੇ ਖੁੱਲ ਰਹੇ ਆ ਨਵੇਂ ਤੋਂ ਨਵਾਂ ਗੁਣ ਅਜੇ ਵੀ ਸਿੱਖਣ ਦਾ ਚਾਅ ਹੈ ਮਣੀਆਂ ਤੱਕ ਸਿੱਖ ਰਹੋ ਜੇ ਸਿੱਖ ਸਿੱਖ ਦਾ ਅਰਥ ਹੈ ਜਿਹੜਾ ਸਾਰੀ ਜ਼ਿੰਦਗੀ ਸਿੱਖਦਾ ਹੀ ਰਵੇ ਨਾ ਗਿਆਨ ਮੁੱਕਣਾ ਤੇ ਨਾ ਮੈਂ ਸਿੱਖਣੋਂ ਹਟਣਾ ਸਿੱਖੀ ਜਾਣਾ ਸਿੱਖੀ ਚੱਲੋ ਅੱਗੇ ਓਏ ਸਦਾ ਆਨੰਦ ਬਿਵੇਕ ਰਹੇ ਦੁੱਖ ਸੁੱਖ ਇੱਕ ਸਮਾਨ ਬੁੱਢਿਆਂ ਦੀ ਗੱਲ ਹੋ ਰਹੀ ਹੈ ਜੀ ਜਿਹੜਾ ਸੁਰਤ ਕਰਕੇ ਬੁੱਢਾ ਨਹੀਂ ਹੋਇਆ ਕਹਿੰਦੇ ਅਕਲ ਲੈ ਕੇ ਵਿਵੇਕ ਵਿਵੇਕੀ ਬਣ ਕੇ ਸਮਝਦਾਰ ਬਣ ਕੇ ਜ਼ਿੰਦਗੀ ਜਿਉਂਦਾ ਦੁੱਖ ਤੇ ਸੁੱਖ ਉਹਦੇ ਲਈ ਇੱਕੋ ਜਿਹਾ ਦੁੱਖ ਸੁੱਖ ਏਕ ਸਮਾਨ ਦੁੱਖ ਵਿੱਚੋਂ ਬਹੁਤਾ ਭੁੜਕਦਾ ਨਹੀਂ ਸੁੱਖ ਵਿੱਚ ਬਹੁਤੀਆਂ ਛਾਲਾਂ ਨਹੀਂ ਮਾਰਦਾ ਤੇ ਦੁੱਖ ਵਿੱਚ ਘਬਰਾਉਂਦਾ ਨਹੀਂ ਕਹਿੰਦੇ ਰਹਿਣਾ ਆਉਂਦਾ ਹੈ ਦੁੱਖ 'ਚ ਵੀ ਤੇ ਸੁੱਖ 'ਚ ਵੀ ਇਹ ਆ ਅਕਲ ਵਾਲਾ ਆਪਾਂ ਕਹੀਏ ਸਮਝਦਾਰ ਬੰਦਾ ਬਹੁਤ ਹੈ ਸ਼ਹਿਰ 'ਚ ਰਹਿਣਾ ਆਉਂਦਾ ਪਿੰਡ 'ਚ ਨਹੀਂ ਰਹਿਣਾ ਆਉਂਦਾ ਕਾਹਦਾ ਸਮਝਦਾਰ ਹੋਇਆ ਗੱਡੀ ਤੇ ਜਾਣਾ ਆਉਂਦਾ ਬੱਸ ਤੇ ਜਾਣਾ ਨਹੀਂ ਆਉਂਦਾ ਕਾਹਦਾ ਸਮਝਦਾਰ ਹੋਇਆ ਪੁੱਤ ਨਾਲ ਰਹਿਣਾ ਆਉਂਦਾ ਹੈ ਇਕੱਲੇ ਰਹਿਣਾ ਨਹੀਂ ਆਉਂਦਾ ਸਮਝਦਾਰ ਸਮਝ ਉਹ ਸਮਝ ਹੈ ਜੇ ਹਾਲਾਤਾਂ ਨੂੰ ਸਮਝ ਸਕੇ ਜਿਸ ਤਰ੍ਹਾਂ ਦੇ ਵੀ ਹਾਲਾਤ ਹੋਣ ਉਹਨਾਂ ਨੂੰ ਸਮਝ ਸਕੇ ਅਸਲ ਸਮਝਦਾਰ ਉਹ ਹੈ ਵਿਵੇਕੀ ਬਣ ਕੇ ਅਕਲ ਵਾਲਾ ਸਮਝਦਾਰ ਹੋ ਕੇ ਜ਼ਿੰਦਗੀ ਜਿਉਂਦਾ ਨਾ ਕਹਿੰਦੇ ਫਿਰ ਬਣਦੀ ਗੱਲ ਅੱਗੇ ਤਿਨਾ ਨਦਰੀ ਕੋ ਆਇਆ ਸਭ ਆਤਮ ਰਾਮ ਪਛਾਨ ਕਹਿੰਦੇ ਇੱਕੋ ਜਿਹਨੂੰ ਨਜ਼ਰ ਆ ਗਿਆ ਤੇ ਆਪਣੇ ਆਤਮ ਰਾਮ ਪਛਾਣ ਉਹ ਰਮੇ ਦੇ ਵਿੱਚ ਹੀ ਮੇਰੀ ਆਤਮਾ ਹੈ ਮੈਂ ਉਹਦਾ ਹੀ ਹਿੱਸਾ ਇੱਕ ਦਾ ਪਤਾ ਲੱਗ ਗਿਆ ਉਸ ਵੱਡਾ ਜਿਹੜਾ ਇੱਕ ਹੈ ਉਹਦਾ ਮੈਂ ਵੀ ਨਿੱਕਾ ਜਿਹਾ ਇੱਕ ਪਾਰਟ ਹਾਂ ਉਸ ਤੂੰ ਦੇ ਵਿੱਚ ਮੈਂ ਵੀ ਮਿਲਿਆ ਹੋਇਆ ਉਸ ਵੱਡੇ ਦੇ ਵਿੱਚ ਮੈਂ ਵੀ ਛੋਟਾ ਜਿਹਾ ਇੱਕ ਹੈਗਾ ਆ ਇਹ ਸਮਝ ਆ ਗਈ ਇਹ ਕੁੰਡੀ ਖੁੱਲ ਗਈ ਉਹ ਵੱਡੇ ਨਾਲ ਜੁੜਿਆ ਹੋਇਆ ਹੈ ਤੇ ਆਪਣੇ ਆਪ ਨੂੰ ਰਾਮ ਪਛਾਣਦਾ ਮੈਂ ਉਹਦਾ ਹੀ ਇੱਕ ਅੰਸ ਆ ਉਹਦਾ ਹੀ ਇੱਕ ਹਿੱਸਾ ਆ ਇਸ ਗੱਲ ਦਾ ਪਤਾ ਲੱਗ ਗਿਆ ਅੱਗੇ ਸੁਣਿਓ ਮਨ ਮੁਖ ਬਾਲਕ ਬਿਰਧ ਸਮਾਨ ਹੈ ਆ ਅੱਗੇ ਗੱਲ ਚੱਲ ਪਈ ਜਿਹੜੇ ਹੈ ਤੇ ਬਾਲਕ ਨੇ ਮਤਲਬ ਜਵਾਨ ਨੇ ਅਕਲ ਲੈਂਦੇ ਨਹੀਂ
ਕਹਿੰਦੇ ਬੁੱਢਿਆਂ ਵਰਗਾ ਬੁੱਢੇ ਨੂੰ ਕਹਿੰਦੇ ਜਵਾਨਾਂ ਵਰਗਾ ਤੇ ਜਵਾਨ ਨੂੰ ਕੀ ਕਹਿੰਦੇ ਇੱਥੇ ਅੱਗੇ ਇਹ ਬੁੱਢੇ ਵਰਗਾ ਕਹਿੰਦੇ ਇਹ ਤੇ ਬਦਲਦਾ ਹੀ ਨਹੀਂ ਸਮਝਦਾ ਹੀ ਨਹੀਂ ਦਿਮਾਗ ਹੀ ਨਹੀਂ ਚੱਲਦਾ ਇਹਦਾ ਇਹ ਬਦਲਣਾ ਚਾਹੁੰਦਾ ਹੀ ਨਹੀਂ ਕਿਹੜੇ ਯੁੱਗ ਵਿੱਚ ਤੁਰਿਆ ਫਿਰਦਾ ਇਹ ਅੱਜ ਕੱਲ੍ਹ ਕਈ ਨੌਜਵਾਨ ਵੇਖੇ ਆ ਜੀ ਉਹ ਆਪਣੀਆਂ ਮਰਜ਼ੀਆਂ ਹੀ ਕਰਦੇ ਆ ਬਦਲਣਾ ਨਹੀਂ ਚਾਹੁੰਦੇ ਹਥਿਆਰ ਚੱਕੀ ਫਿਰ ਅਸੀਂ ਮਾਰ ਦਿਆਂਗੇ ਐ ਕਰ ਦਿਆਂਗੇ ਉਹਨੂੰ ਕਹਿੰਦੇ ਕਿਹੜੇ ਯੁੱਗ ਵਿੱਚ ਜਿਉਂਦੇ ਆ ਬਈ ਅੱਜ ਵਿਚਾਰਾਂ ਦਾ ਯੁੱਗ ਹੈ ਸਿੱਖੀ ਦਾ ਜਲੂਸ ਕੱਢਦੇ ਫਿਰਦੇ ਤੁਸੀਂ ਜਿਹਨੂੰ ਮਰਜ਼ੀ ਜਿੱਥੇ ਜੀ ਕਰਦਾ ਕੁੱਟ ਦਿੰਦੇ ਆ ਪਿੱਛੇ ਜੇ ਰੌਲਾ ਨਹੀਂ ਪਿਆ ਇਹ ਕੋਈ ਨਾਈਆਂ ਦੀਆਂ ਦੁਕਾਨਾਂ ਬੰਦ ਕਰਨ ਚਲੇ ਗਏ ਅਖੇ ਰਹਿਣ ਨਹੀਂ ਦੇਣੀ ਕੋਈ ਤੁਸੀਂ ਇੰਨੇ ਸਿਆਣੇ ਐ ਤੁਹਾਡਾ ਦਿਮਾਗ ਚੱਲਦਾ ਹੈ ਤੇ ਲੋਕਾਂ ਨੂੰ ਕਨਵਿੰਸ ਕਰ ਸਕਦੇ ਆ ਤੇ ਕਰੋ ਅਗਲਾ ਨਾਈ ਦੀ ਦੁਕਾਨ ਤੇ ਜਾਵੇ ਹੀ ਨਾ ਆਪੇ ਹੀ ਬੰਦ ਹੋ ਜੂ ਅਗਲਾ ਜਾਵੇ ਹੀ ਨਾ ਸਮਝਾ ਦਿਓ ਅਕਲ ਦੇ ਦਿਓ ਪਰ ਧੱਕੇ ਨਾਲ ਅਸੀਂ ਕੁੱਟਾਂਗੇ ਜੀ ਅਸੀਂ ਮਾਰਾਂਗੇ ਜੀ ਅਸੀਂ ਐਂ ਕਰ ਦਿਆਂਗੇ ਅਸੀਂ ਐਂ ਕਰ ਦਿਆਂਗੇ ਕਿਹੜੇ ਯੁੱਗ 'ਚ ਤੁਰੇ ਫਿਰਦੇ ਆ ਤੇ ਕਰਦੇ ਕੀ ਹੈ ਆ ਪਿੱਛੇ ਜੇ ਫਤਿਹਗੜ੍ਹ ਸਾਹਿਬ ਵੀ ਵੇਖਿਆ ਸੀ ਨਾ ਉਹ ਜਿਹੜਾ ਉਹ ਚੱਲ ਰਿਹਾ ਸੀ ਫਤਿਹਗੜ੍ਹ ਸਾਹਿਬ ਉਹ ਬੱਚਾ ਬੱਚੀ ਇੱਕ ਬੈਠੇ ਆ ਇਦਾਂ ਗੱਲਬਾਤ ਕਰਦੇ ਆ ਉਹਨਾਂ ਨੂੰ ਕੁੱਟਤਾ ਫੜ ਕੇ ਤੇ ਕੁੱਟਣਾ ਪਤਾ ਕਿਉਂ ਹੁੰਦਾ ਵੀ ਇਲਾਕੇ 'ਚ ਦਹਿਸ਼ਤ ਪੈ ਜੇ ਵੀ ਸੂਰਮੇ ਆ ਇਹ ਬੰਦੇ ਬਹਾਦਰ ਹੈ ਇਹ ਯੋਧੇ ਹੈ ਇਹ ਡਰਦੇ ਨਹੀਂ ਕਿਸੇ ਤੋਂ ਤੈਲ ਪਾਉਣਾ ਦਿਮਾਗ ਤੇ ਸਾਡੇ ਬਾਣੇ ਨੂੰ ਵੇਖ ਕੇ ਅਗਲਾ ਡਰੇ ਇਦਾਂ ਦੀ ਸੋਚ ਲੈ ਕੇ ਬੈਠੇ ਐ ਇਹੋ ਜਿਹੇ ਜਵਾਨ ਵੀ ਬੁੱਢਿਆਂ ਵਰਗੇ ਐ ਜਿਹੜੇ ਸਮਝਦੇ ਨਹੀਂ ਤੇ ਜਿਹੜੇ ਸਮਝਦੇ ਐ ਉਹ ਬੁੱਢੇ ਵੀ ਜਵਾਨਾਂ ਵਰਗੇ ਐ